ਅਸੀਂ ਤਾਂਦਰਾ ਮੰਡੀ ਦਾ ਜਨਾਬ ਵਿਜ਼ਿਟ ਕਰ ਰਹੇ ਜੇ ਅਤੇ ਇੱਕ ਕੁੱਲਾ ਕੁੱਲਾ ਹੀ ਕਹਾਂਗੇ ਨਾ ਇਹਨੂੰ ਕਿ ਚੂਹਾ ਕਹਾਂਗੇ ਚੂਹਾ ਕਲਰ ਕੁੱਲਾ ਕੁੱਲਾ ਅਤੇ ਇਹਨੂੰ ਥੋੜ੍ਹਾ ਜਿਹਾ ਟੋਰ ਤੁਸੀਂ ਨਹੀਂ ਅਸੀਂ ਟੋਰ ਕੇ ਉਹਨਾਂ ਨੂੰ ਲਿਆ ਮੇਰੇ ਬਣੇ ਅਤੇ ਕਿੰਨੀ ਉਮਰ ਹੋ ਗਈ ਇਹਦੀ ਖੀਰਾ ਜੀ ਖੀਰਾ ਹੈਗਾ ਜੀ ਅਤੇ ਕਿੰਨੇ ਪੈਸੇ ਕਰਦੇ ਭਾਈ ਇਹਦਾ 1,20,000 ਰੁਪਇਆ ਕੀਮਤ ਆ 1,20,000 ਰੁਪਇਆ ਜੀ ਲਓ ਜੀ 1,20,000 ਰੁਪਇਆ ਕਰ ਥੋੜ੍ਹਾ ਜਿਹਾ ਟੋਰ ਕੇ ਲਿਆ ਹਾਂ ਟੁੱਟਦਾ ਨਹੀਂ ਟੋਰ ਕੇ ਲਿਆ ਹਾਂ 1,20,000 ਰੁਪਇਆ ਜਨਾਬ ਕਰਦੇ ਜੇ ਆ 1,20,000 ਰੁਪਇਆ ਜਨਾਬ ਇਹਦਾ ਮੁੱਲ ਕਰਦੇ ਜੇ ਬਸ ਬਸ ਠੀਕ ਹੋ ਗਿਆ ਨੰਬਰ ਬੋਲ ਆਪਣਾ 0307 6994 611 ਅਤੇ ਨਾਮ ਕੀ ਆਪਣਾ ਅਸਲਮ ਕਿਹੜੀ ਜਗ੍ਹਾ ਤੋਂ ਆਇਆ ਚੀਚਾ ਪਤਨੀ ਤੋਂ ਲਓ ਜੀ ਬੰਗਲੇ ਦਾ ਮਾਸ਼ਾਅੱਲਾ ਤੂੰ ਚੱਲ ਤੂੰ ਦੇਤਾ ਦੇ 0342 ਹਾਂ 24 ਹਾਂ 82 135 ਅਤੇ ਅੱਛਾ ਤੇਰੇ ਕੋਲ ਇੱਕੋ ਹੀ ਹੈ ਕਿ ਹੋਰ ਵੀ ਹੈਗੇ ਜਾਂਦਾ ਹੋਰ ਵੀ ਹੈ ਜੀ ਘਰ ਖੜੇ ਉੱਥੇ ਠੀਕ ਵਟਸਐਪ ਨੰਬਰ ਜਿਹੜਾ ਤੂੰ ਦੱਸਿਆ ਜੀ ਠੀਕ ਇਹ ਵਟਸਐਪ ਨੰਬਰ ਜੀ ਇਹਨਾਂ ਕੋਲ ਆ ਗਿਆ ਕਹਿੰਦੇ ਨੇ ਘੋੜੇ ਘਰ ਵੀ ਹੈਗੇ ਨੇ ਉੱਤੇ ਜੇ ਅਗਰ ਤੁਹਾਨੂੰ ਪਸੰਦ ਆਇਆ ਵੀ ਜਾਂ ਕੋਈ ਜਾਨਵਰਾਂ ਦੇ ਬਾਰੇ 'ਚ ਲੈਣਾ ਹੋਵੇ ਤਾਂ ਵਟਸਐਪ ਦੇ ਉੱਤੇ ਕਾਲ ਵੀ ਤੁਸੀਂ ਕਰ ਸਕਦੇ ਜੀ ਲਓ ਜਨਾਬ ਮਾਸ਼ਾਅੱਲਾ ਅੱਗੇ ਚੱਲਦੇ ਹਾਂ ਜੀ ਹੋਰ ਜਾਨਵਰ ਤੁਹਾਨੂੰ ਦਿਖਾਉਂਦੇ ਹਾਂ ਅਤੇ ਜਾਨਵਰ ਵੀ ਤਾਂ ਹੋਰ ਵੀ ਖਲੇ ਹੋਏ ਨੇ ਅਦਰ ਦੇ ਤੁਹਾਨੂੰ ਜਾਨਵਰ ਅਸੀਂ ਦਿਖਾ ਦਿੱਤੇ ਮਜ਼ੀਦ ਜੀ ਮਜ਼ੀਦ ਅੱਗੇ ਚੱਲਦੇ ਹਾਂ ਜਨਾਬ ਇਹ ਇੱਕ ਵਛੇਰਾ ਕਿ ਵਛੇਰੀ ਖਲੀ ਜੇ ਅੱਛਾ ਜੀ ਲਓ ਜਨਾਬ ਵਾਹ ਜੀ ਕੀ ਹਾਲ ਜੇ ਬਸ ਫਸਟ ਕਲਾਸ ਲਓ ਜੀ ਆਬਦ ਕੋਲ ਆਏ ਜੇ ਮਾਸ਼ਾਅੱਲਾ ਆਬਦ ਕੋਲ ਜਨਾਬ ਇੱਕ ਖਲੀ ਜੀ ਨੁਕਰੀ ਅਤੇ ਡਾਂਸਰ ਆਬਦ ਕਿੰਨੀ ਉਮਰ ਹੋ ਗਈ ਇਹਦੀ ਦੁਆਕ ਚਾਰ ਸਵਾਰੀ ਡਾਂਸ ਡਾਂਸਰ ਵੀ ਫੁੱਲ ਟ੍ਰੇਨ ਜੀ ਡਾਂਸਰ ਵੀ ਹੈ ਅਤੇ ਸਵਾਰੀ ਵਾਸਤੇ ਵੀ ਲੱਗ ਸਕਦੀ ਜਨਾਬ ਅਤੇ ਆਬਦ ਕੋਲ ਆਬਦ ਇਸ ਤੋਂ ਇਲਾਵਾ ਕਿੰਨੇ ਜਾਨਵਰ ਲਿਆਂਦੇ ਤੇ ਅੱਜ 13 ਤਿੰਨ ਅਤੇ ਇਹਦੇ ਆਬਦ ਕਿੰਨੇ ਪੈਸੇ ਢਾਈ ਲੱਖ ਰੁਪਏ ਦੀ ਠੀਕ ਆ ਲਓ ਜੀ ਮਾਸ਼ਾਅੱਲਾ ਆਬਦ ਕੋਲ ਘੋੜੀ ਖੜੀ ਜੀ ਹੱਥ ਪੈਰ ਸਾਫ਼ ਹੈਗੇ ਜੇ ਉਂਝ ਵੀ ਮਾਸ਼ਾਅੱਲਾ ਸਿਹਤਮੰਦ ਹੈ ਅਤੇ ਇਹ ਦੇਖੋ ਅਤੇ 2,50,000 ਰੁਪਇਆ ਜਨਾਬ ਇਹਦੀ ਫਾਈਨਲ ਰੇਟ ਕਰਦੇ ਪਏ ਨੇ ਅਤੇ ਵਿਜ਼ਿਟ ਕਰ ਰਹੇ ਜਨਾਬ ਅਸੀਂ ਤਾਂਦਲਾ ਮੰਡੀ ਦਾ ਆਬਦ ਕੋਲ ਦੂਸਰਾ ਜਾਨਵਰ ਪਹਿਲੇ ਇਹ ਖੜੀ ਹੈ ਉਸ ਤੋਂ ਬਾਅਦ ਇਹ ਘੋੜੀ ਖੜੀ ਜੇ ਇਹਨਾਂ ਕੋਲ ਆਬਦ ਕੋਲ ਆਬਦ ਇਹਦੇ ਕਿੰਨੇ ਪੈਸੇ ਡੇਢ ਲੱਖ ਰੁਪਈਆ ਲਓ ਜੀ ਇਹਦਾ 1,50,000 ਰੁਪਈਆ ਜੇ ਠੀਕ ਹੈ ਅਤੇ ਇਹਦੀ ਕਿੰਨੀ ਆਪ ਉਮਰ ਹੋ ਗਈ ਆਬਦ ਸ਼ੁਰੂ ਪੰਜ ਇਹਦੀ ਪੰਜ ਹੈ ਉਹ ਵਾਲੀ ਉਹ ਬੱਚੀ ਹੈ ਜਾਂਦਾ ਇਹਦੇ ਕਿੰਨੇ ਪੈਸੇ ਨੇ ਉਹਦਾ 1,50,000 ਲਓ ਜੀ ਇਹ ਬੱਚੀ ਹੈਗੀ ਜੀ ਘੋੜੀ ਆਬਦ ਕੋਲ ਆਬਦ ਬਲੋਚ ਕੋਲ ਅਤੇ ਇਹਦਾ ਵੀ 1,50,000 ਰੁਪਈਆ ਜਨਾਬ ਅਤੇ ਨੰਬਰ ਅਸੀਂ ਤੁਹਾਡੇ ਨਾਲ ਸ਼ੇਅਰ ਕਰਨੇ ਹਾਂ ਆਪਦੇ ਨੰਬਰ ਦੱਸਿਆ ਹਾਂ 0344 ਹਾਂ 79 83 250 ਠੀਕ ਹੋ ਗਿਆ ਲਓ ਜਨਾਬ ਮਾਸ਼ਾਅੱਲਾ ਅੱਗੇ ਤੁਹਾਨੂੰ ਆਬਦ ਬਸ ਤਿੰਨ ਹੀ ਨੇ ਤਿੰਨ ਘੋੜੀਆਂ ਲਓ ਵੀਰ ਜੀ ਇੱਕ ਘੋੜਾ ਖੜਾ ਹੋਇਆ ਮਗਰ ਮੁੱਠੇ ਪਿਛਲੇ ਬੈਠੇ ਹੋਏ ਨੇ ਘੋੜੇ ਦੇ ਮੁੱਠੇ ਜਨਾਬ ਮੁੱਠੇ ਬੈਠੇ ਹੋਏ ਜੇ ਘੋੜੇ ਦੇ ਇਹ ਦੇਖੋ ਮੁੱਠੇ ਬੈਠੇ ਨੇ ਪਿਛਲੇ ਵੀਰ ਜੀ ਅਸਲਾਮ ਵਾਲੇਕੁਮ ਇਹਦੇ ਜਨਾਬ ਕਿੰਨੇ ਪੈਸੇ ਜੇ ਘੋੜੇ ਦੇ ਇਹਦਾ 1,50,000 ਰੁਪਈਆ 1,50,000 ਰੁਪਈਆ ਅੱਛਾ ਡਾਂਸ ਕਰਦਾ ਜਾਂ ਪਿੱਠ ਸਵਾਰੀ ਵਗੈਰਾ ਹਾਂਜੀ ਇੰਝ ਹੀ ਜੇ ਕੋਰਾ ਬਿਲਕੁਲ ਹਾਂ ਠੀਕ ਹੈ ਲਓ ਜੀ ਕੋਰਾ ਘੋੜਾ ਜੇ ਅਤੇ ਉਮਰ ਕਿੰਨੀ ਕੁ ਹੋ ਗਈ ਇਹਦੀ ਅੱਛਾ ਬੱਚਾ ਹੀ ਗੱਲ ਹੈ ਅਤੇ ਕੋਈ ਆਪਣਾ ਨੰਬਰ ਵਗੈਰਾ ਮਿਲ ਸਕਦਾ ਜੀ ਨੰਬਰ ਵਗੈਰਾ ਮਿਲ ਸਕਦਾ ਆਪਣਾ ਕੀ ਨੰਬਰ ਹੈਗਾ ਜੀ ਲਓ ਜੀ ਅੱਛਾ ਜੀ
लो जी दुआकेगा तो नंबर वगैरह नहीं दे रहा। तो लो जनाब माशाल्लाह अगे चलने जी। है वाला पछेरा जी ये लिया जे के बेचना जे लिया जे के बेचना जी। अच्छा जी भाई जी अपना घोड़ा जी। अच्छा मैं के बेचना जे। हाँ जी बेचना है। अच्छा तो किन्ने दे बेचना जे। 90,000 मांगने हैं। तो कोई नंबर नंबर है का जी। नहीं जी नंबर नहीं लिया। लो जी 90,000 रुपए दा और ले आई यार। लो जी एक घोड़ा है जी। घोड़ा बछेरी तो किन्नी उम्र है किन्नी है। 4 साल। ठीक है तो किन्ने पैसे कर रहा है जी। 1.5 लाख रुपया। ठीक है पिट सवारी। लो जी कोई नंबर नशंबर है अपना। नंबर सारे बोलो नंबर। 0347 10 71 814। तो कि जगह तो आए जी। गादियाँ वाला ये इधर नहीं आरफ रोड दे। अच्छा अच्छा गादी वाला। ठीक है ठीक हो। तो की नाम की अपना। असद अमीर। लो जी नंबर आ गया भीर जी। तो घोड़ी तुसी तो देखी 4 साल। अं थोड़ा जहा मोड़ के और लिया तरह लो जी। वीडियो अच्छी लगी हो लाइक एंड शेयर जरूर कीजिएगा। तो माशाल्लाह बहुत ही खूबसूरत अच्छी घोड़ी है। बहुत खूबसूरत है जी। टोन का स्टाइल वो भी अच्छा है जी। और दोवें कान जोड़ के घोड़ी और देखो